ਇਸ ਵੇਲੇ ਜੀ ਮੌਜੂਦਾ ਜਲੰਧਰ ਸ਼ਹਿਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਇੱਕ ਐਕਟੀਵਾ ਤੇ ਇੱਕ ਵਿਅਕਤੀ ਮੌਜੂਦ ਹੈ ਜੋ ਕਿ ਆਮ ਆਦਮੀ ਪਾਰਟੀ ਦੇ ਜਿਹੜਾ ਝੰਡਾ ਉਹਨਾਂ ਨੇ ਆਪਣੇ ਐਕਟੀਵਾ ਤੇ ਲਗਾਇਆ ਹੋਇਆ ਹੈ ਬੜੇ ਨੋਖੇ ਢੰਗ ਦੇ ਨਾਲ ਆਮ ਆਦਮੀ ਪਾਰਟੀ ਦਾ ਜਿਹੜਾ ਪ੍ਰਚਾਰ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹਨਾਂ ਨੇ ਝਾੜੂ ਜਿਹੜਾ ਜੋ ਨਿਸ਼ਾਨ ਹੈ ਆਮ ਆਦਮੀ ਪਾਰਟੀ ਦਾ ਉਹ ਆਪਨੇ ਨਾਲ ਲੈ ਕੇ ਜਿਹੜਾ ਉਹ ਚੱਲ ਰਹੇ ਨੇ ਅਸੀਂ ਗੱਲਬਾਤ ਕਰ ਲੈਣੇ ਹਾਂ ਜੀ ਸਰ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਜਾਵੇਦ ਹੈ ਜਵੇਦ ਜੀ ਤੁਸੀਂ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰ ਰਹੇ ਹੋ ਸੀ ਦੇਖ ਰਿਹਾ ਕਿ ਬੜੇ ਵੱਖਰੇ ਢੰਗ ਨਾਲ ਆਈ ਆਈਡੀਆ ਆਇਆ ਕਿਸ ਤਰ੍ਹਾਂ ਮੈਂ ਆਮ ਆਦਮੀ ਦਾ ਪ੍ਰਚਾਰ ਨਹੀਂ ਕਰ ਰਿਹਾ ਮੈਂ ਖੁਦ ਇੱਕ ਆਮ ਆਦਮੀ ਹਾਂ ਠੀਕ ਹੈ ਮੈਂ 2011 ਤੋਂ ਜੁੜਿਆ ਹਾਂ ਇਸ ਪਾਰਟੀ ਨਾਲ ਤੇ ਮੈਂ ਇਸ ਪਾਰਟੀ ਨੂੰ ਬਹੁਤ ਲਾਈਕ ਕਰਦਾ ਹਾਂ ਅਰਵਿੰਦ ਕੇਸਰੀ ਵਾਲ ਨੂੰ ਜ਼ਿਆਦਾ ਆਪਣੇ ਤਨ ਮੰਨ ਤੋਂ ਉਹਨੂੰ ਲਾਈਕ ਕਰਦਾ ਠੀਕ ਹੈ ਜੀ ਉਸ ਬੰਦੇ ਦੀ ਜਿੰਨੀ ਤਾਰੀਫ ਕਰਾਂ ਘੱਟ ਹੈ ਇੱਕ ਸੱਚੀ ਇਮਾਨਦਾਰ ਪਾਰਟੀ ਆ ਉਸ ਪਾਰਟੀ ਨਾਲ ਸੀ ਜੁੜੇ ਹਾਂ ਤਾਂ ਸਾਡਾ ਮਤਲਬ ਜੀ ਦੇ ਹੌਸਲਾ ਵੱਧਾ ਕਿ ਹਾਂ ਅਸੀਂ ਇੱਕ 70 ਸਾਲਾਂ ਦੇ ਵਿੱਚ ਮੇਰੀ 60 ਸਾਲ ਦੀ ਉਮਰ ਆ 70 ਸਾਲ 75 ਸਾਲ ਦੇਸ਼ ਤੋਂ ਬਾਦ ਨੂੰ ਹੋਏ ਆ ਲੇਕਿਨ ਇਸ ਪਾਰਟੀ ਨੂੰ ਪਹਿਲੀ ਵਾਰ ਇਸ ਦਾ ਸਾਫ ਸੁੱਤਰੀ ਪਾਰਟੀ ਆਈ ਆ ਜਿਹਦੇ ਨਾਲ ਅਸੀਂ ਜੁੜੇ ਆ ਤੇ ਅਸੀਂ ਕਹਿੰਨੇ ਹੋਰ ਵੀ ਜਿਹੜੇ ਭਾਈ ਭੁੱਲੇ ਭਲੇ ਕੇ ਨਾ ਆ ਦੂਜੀ ਪਾਰਟੀ ਚ ਆ ਕੇ ਕੋਈਸ پارٹی ਤੋਂ ਆਕਰ ਕੇ ਮਿਲਣ ਅਰਵਿੰਦ ਕੇਜਰੀਵਾਲ ਦੇ ਜਿਹੜੇ ਤੁਸੀਂ ਕਹਿੰਦੇ ਹੋ ਕਿ ਉਹਨਾਂ ਦੀ ਜਿਹੜੀ ਪਾਲਿਸਿਜ਼ ਤੋਂ ਤੁਸੀਂ ਪ੍ਰਭਾਵਿਤ ਹੋਏ ਹੋ ਕਿਹੜੀਆਂ ਅਜਿਹੇ ਕੰਮ ਨੇ ਜਿਨ੍ਹਾਂ ਤੋਂ ਤੁਸੀਂ ਪ੍ਰਭਾਵਿਤ ਹੋ ਕੇ ਉਹਨਾਂ ਦਾ ਪ੍ਰਚਾਰ ਕਰਨ ਦੇ ਲਈ ਨਿਕਲੇ ਕੋਈ ਸਭ ਤੋਂ ਪਹਿਲਾਂ ਤਾਂ ਅਸੀਂ ਕਵਾਂਗੇ ਉੱਥੇ ਮੱਲਾਕਲੀ ਨਹੀਂ ਖੋਲਿਆ ਉਹਨਾਂ ਨੇ ਬਹੁਤ ਵਧੀਆ ਉਸ ਤੋਂ ਬਾਅਦ ਬਿਜਲੀ ਪਾਣੀ ਦਾ ਕਰਤਾ ਮੇਰਾ 5 5000 ਰੁਪਏ ਦਿੱਲੀ 'ਚ ਬਿੱਲ ਹੁੰਦਾ ਸੀ ਉਹਨੇ 180 ਰੁਪਏ ਬਿੱਲ ਹੁੰਦਾ ਮਹੀਨੇ ਕਿੱਥੋਂ ਦਾ ਰਹਿਣ ਵਾਲਾ ਮੈਂ ਤਾਂ ਦਿੱਲੀ ਦਾ ਰਹਿਣ ਵਾਲਾ ਹਾਂ ਉੱਥੇ ਤਾਂ ਮੇਰਾ ਜਲੰਧਰ ਵੀ ਘਰ ਹੈ ਤੇ ਇੱਕ ਬੱਚਾ ਉੱਥੇ ਰਹਿੰਦਾ ਦਿੱਲੀ 'ਚ ਮੇਰਾ ਉਹ ਮਿਸੇਸ ਵੀ ਮ ਠੀਕ ਹੈ ਮੇਰਾ ਬੱਚਾ 23 ਸਾਲ ਦੀ ਉਮਰ ਦੀ 21 ਸਾਲ ਦੀ ਉਮਰ ਤੇ ਵਿਆਹ ਹੋਇਆ ਸੀ ਉਹਦਾ ਉਹਦੇ ਹਾਰਟ ਦਾ ਪ੍ਰੋਬਲਮ ਆਇਆ ਡਾਕਟਰਾਂ ਨੇ ਕਹਿਤਾ ਜੀ ਇਹ ਜੇ ਆਪਰੇਸ਼ਨ ਕਰਾਇਆ ਤੇ 5.5 ਲੱਖ ਰੁਪਏ ਖਰਚਾ ਹੋਣਾ ਲੇਕਿਨ ਸਾਨੂੰ ਕਿਸੇ ਨੇ مشورہਤਾ ਯਾਰ ਤੁਹਾਡੀ ਪਾਰਟੀ ਇਹਨੇ ਸੋਨਾ ਕੰਮ ਕਰ ਦਿੱਤੀ ਜਰੂਰ ਬਾਹਰ ਕਰਨ ਤੇ ਮੈਂ ਕੇਸਰੀਵਾਲ ਜੀ ਨੂੰ ਜਾ ਕੇ ਦੱਸਿਆ ਦੋਏ ਦਿਨ ਮੈਨੂੰ ਮਿਲੇ ਮਿਲਣ ਦੇ ਬਾਅਦ ਸਾਰੇ ਮੈਨੂੰ ਕਿਹਾ ਬੇਟਾ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਹੀਂ ਲੈਣਾ ਮੇਰੇ ਬੇਟੇ ਦਾ ਉਹਨਾਂ ਨੇ ਆਪਰੇਸ਼ਨ ਦੇ ਬਿਗੈਰ ਹੀ ਇਦਾਂ ਇਲਾਜ ਕਰਾ ਦਿੱਤਾ ਕਿ ਮੇਰਾ ਬੇਟਾ ਅੱਜ 3 ਸਾਲ ਹੋ ਗਏ ਉਹਦੇ ਇਸ ਗੱਲ ਨੂੰ ਔਰ ਪ੍ਰਮਾਤਮਾ ਨੇ ਅੱਲਾ ਨੇ ਉਹਨੂੰ ਮਤਲਬ ਜਾਨ ਬਖਸ਼ੀ ਹੈ ਸਾਡੇ ਸਾਹਮਣੇ ਖੜਾ ਹੈ ਪ੍ਰਚਾਰ ਕਰਨ ਦੇ ਲਈ ਕਿੱਥੇ ਕਿੱਥੇ ਜਾਂਦੇ ਹੋ ਤੁਸੀਂ ਜਲੰਧਰ ਸ਼ਹਿਰ ਦੇ ਵਿੱਚ ਜਾਂਦੇ ਹੋ ਕਿ ਪੰਜਾਬ ਕਿੱਥੇ ਵੀ ਪੂਰੇ ਜਲੰਧਰ 'ਚ ਵੀ ਦਿੱਲੀ 'ਵੀ ਕਾਰਬੋਸ਼ਨ ਦਾ ਇਲੈਕਸ਼ਨ ਹੁੰਦਾ ਤਾਂ ਵੀ ਮੈਂ ਜ਼ਿਆਦਾ ਦਿੱਲੀ ਐਮਸੀਡੀ ਦਾ ਚੋਣ ਹੋਵੇ ਕੁਝ ਵੀ ਉਹਥੇ ਵੀ ਜ਼ਿਆਦਾ ਇਸੇ ਤਰੀਕੇ ਨਾਲ ਜਦੋਂ ਭਗਵੰਤ ਮਾਨ ਜਾਂ ਫਿਰ ਅਰਵਿੰਦ ਕੇਜਰਵਲ ਪੰਜਾਬ ਆਂਦੇ ਨੇ ਉਹਥੇ ਪਹੁੰਚਦੇ ਆ ਤੁਸੀਂ ਬਿਲਕੁਲ ਹਰ ਹਾਲ ਤੇ ਪਹੁੰਚਦਾ ਜੀ ਪਿਛਲੀ ਵਾਰ ਹੀ ਆਏ ਸੀਗੇ ਗੁਲਸ਼ਨ ਸ਼ਰਮਾ ਜੀਗਾ ਤੇ ਉਸ ਵਾਰ ਮੈਂ ਘੋੜੀ ਤੇ ਬੈਠ ਕੇ ਸੇਹਰਾ ਬਣ ਕੇ ਗਿਆ ਸੀ ਘੋੜੀ ਨਾਲ ਸੇਹਰਾ ਨਾਲ ਢੋਲ ਬੈਂਡ ਵਾਜਾ ਨਾਲ ਗਿਆ ਸੀ ਮੈਂ ਕੀ ਲੱਗਦਾ ਇਸ ਵਾਰ ਆਮ ਆਦਮੀ ਪਾਰਟੀ ਸਰਕਾਰ ਬਣਾਏਗੀ ਪੰਜਾਬ 101% ਆਮ ਆਦਮੀ ਪਾਰਟੀ ਦੀ ਸਰਕਾਰ ਲੋਕੀ ਅੱਕ ਗਏ ਲੋਕੀ ਇਹ ਸੋਚਦੇ ਕਿ ਅਸੀਂ ਪਾਰਟੀ ਬਦਲ ਕੇ ਦੂਜੀ ਪਾਰਟੀ ਨੂੰ ਲੈ ਕੇ ਆਈਏ ਆ ਦੋ ਪਾਰਟੀ ਮਾਸੀ ਦੇ ਪੁੱਤ ਨੇ ਕਦੀ ਵੱਡਾ ਆ ਗਿਆ ਕਦੀ ਛੋਟਾ ਆ ਗਿਆ ਇਦਾਂ ਹੀ ਚੱਲਦੇ ਇਹਨਾਂ ਦਾ ਕੰਮ ਤੇ ਇਹ ਆਪਾਂ ਦੁਖੀ ਹੋ ਗਏ ਦੇਖੋ ਨਾ ਸਿਲੰਡਰ ਦਾ ਰੇਟ ਜਿਹੜਾ 4450 ਸੀ ਹੁਣ ਇਸ ਵੇਲੇ 950 ਦਾ ਹੋ ਗਿਆ ਤੇਲ ਜਿਹੜਾ 80 ਰੁਪਏ 70 ਰੁਪਏ ਸੀ 200 ਰੁਪਏ ਲੀਟਰ ਹੋ ਗਿਆ ਜੀ ਸਿਲੰਡਰਾਂ ਦੀ ਗੱਲ ਕਰ ਰਹੇ ਹੋ ਕਾਂਗਰਸ ਪਾਰਟੀ ਨੇ ਵੀ ਜਿਹੜਾ ਦੁਬਾਰਾ ਜਿਹੜਾ ਵਾਅਦਾ ਕਰ ਦਿੱਤਾ ਹੈ ਕਿ ਉਹ 8-8 ਸਿਲੰਡਰ ਫ੍ਰੀ ਕਰਨਗੇ ਜਦੋਂ ਸਰਕਾਰ ਆਏਗੀ ਇਹ ਵਾਅਦਿਆਂ ਦੀ ਸਰਕਾਰ ਹੈ ਮੈਡਮ ਤੁਸੀਂ ਵੀ ਇਸੀ ਦੁਨੀਆ 'ਚ ਜੀ ਰਹੇ ਹੋ ਇਹਨਾਂ ਨੇ ਝੂਠੇ ਵਾਰੇ ਕਿਤੇ ਸਰ ਆਮ ਆਦਮੀ ਪਾਰਟੀ ਵੀ ਤਾਂ ਵਾਅਦਾ ਹੀ ਕਰ ਰਹੀ ਹੈ ਫਿਲਹਾਲ ਕਿਉਂਕਿ ਉਹਨਾਂ ਦੀ ਸਰਕਾਰ ਨਹੀਂ ਹੈ ਜ ਪੰਜਾਬ ਚ ਵਾਅਦੇ ਨਹੀਂ ਕਰੀ ਵਾਅਦੇ ਪੂਰੇ ਕਰੀ ਜਿੱਥੇ ਉਹਦੀ ਸਰਕਾਰ ਉਹਨੇ ਕਰਕੇ ਦਿਖਾਇਆ ਨਾ ਵਾਅਦੇ ਤਾਂ ਉਹ ਹੁੰਦਾ ਜਿਹੜੇ ਸਰਕਾਰ ਨਾ ਕਰਦੀ ਹੋਵੇ ਅੱਜ ਕੱਲ ਕੋਈ ਕਾਰਪੋਰੇਸ਼ਨ ਐਮ ਸੀ ਡੀ ਦਾ ਜਿਹੜਾ ਮੇਅਰ ਹੋਏਗਾ ਨਾ ਉਹ ਵੀ ਨਹੀਂ ਕਹੇਗਾ ਕਿ ਮੈਂ ਜੇ ਕੰਮ ਨਹੀਂ ਕੀਤਾ ਤਾਂ ਮੈਨੂੰ ਵੋਟ ਨਾ ਪਾਓ ਪਹਿਲਾ ਸ਼ਖਸ ਆ ਇਮਾਨਦਾਰ ਸ਼ਖਸ ਉਹਨੇ ਕਹੇ ਜੀ ਮੈਂ ਕੰਮ ਨਹੀਂ ਕੀਤਾ ਨਾ ਤੇ ਮੈਨੂੰ ਵੋਟ ਨਾ ਪਾਈਓ ਅੱਜ ਵੀ ਇੱਥੇ ਵੀ ਜਲੰਧਰ 'ਚ ਵੀ ਮੈਂ ਵੋਟਾਂ ਪੰਜਾਬ 'ਚ ਪੈ ਰਹੀਆਂ ਉੱਥੇ ਵੀ ਇਹ ਹੀ ਕਰ ਰਿਹਾ ਪੰਜ ਸਾਲ ਦਾ ਮੌਕਾ ਦਿਓ ਜੇ ਮੈਂ ਕੰਮ ਨਹੀਂ ਕਰਤਾ ਮੈਨੂੰ ਵੋਟ ਨਾ ਪਾਈ ਮੁਰੇ ਪਰ ਚਾਰਤੇ ਆ ਜਾਂਦੇ ਆ ਪ੍ਰਚਾਰ ਕਰਨ ਜਾਂਦੇ ਹੋ ਲੋਕਾਂ ਨਾਲ ਕੀ ਗੱਲਬਾਤ ਹੁੰਦੀ ਲੋਕਾਂ ਨਾਲ ਗੱਲਬਾਤ ਕਰਦੇ ਹੋ ਜਾਂ ਫਿਰ ਇਦਾਂ ਹੀ ਜਿਹੜਾ ਚੱਕਰ ਲਗਾਉਂਦੇ ਹੋ ਚੱਕਰ ਵੀ ਲਾਂਦੇ ਲੋਕੀ ਗੱਲ ਵੀ ਕਰਦੇ ਰੋਕਦੇ ਵੀ ਮੇਰੀ ਇੱਜ਼ਤ ਵੀ ਕਰਦੇ ਚਾਹ ਪਾਣੀ ਵੀ ਬੁਲਾਉਂਦੇ ਬੜੀ ਮਾਨ ਦਿੰਦੇ ਆ ਕਹਿੰਦੇ ਇਸ ਵਾਰ ਝਾੜੂ ਦੀ ਸਰਕਾਰ ਤੁਸੀਂ ਟੈਨਸ਼ਨ ਨਾਲ ਬੜੇ ਵੱਖਰੇ ਢੰਗ ਦੇ ਨਾਲ ਪ੍ਰਚਾਰ ਕਰ ਰਹੇ ਹੋ ਇਹ ਕਿਸ ਤਰ੍ਹਾਂ ਸੋਚਿਆ ਸੀਗਾ ਕਿ ਇਸ ਤਰ੍ਹਾਂ ਤੁਸੀਂ ਝਾੜੂ ਜਿਹੜਾ ਚੋਣ ਨਿਸ਼ਾਨ ਨੇ ਪਾਰਟੀ ਦਾ ਉਹ ਆਪਣੇ ਜਿਹੜੇ ਐਕਟਿਵਿਟੀ ਦਾ ਲਗਾਇਆ ਹੋਇਆ ਇੱਕ ਲਗਨ ਹੈ ਜੀ ਮਨੋ ਜਿਹੜੇ ਨਾ ਅੰਦਰੋਂ ਜਿਹੜੇ ਬੰਦੇ ਦਾ ਬੋਲਦਾ ਉਹ ਇਹ ਬੋਲਦਾ ਕਿ ਆਮ ਆਦਮੀ ਜਿਹੜੀ ਨਾ ਵਾਕਈ ਅਸੀਂ ਆਮ ਆ ਤੇ ਅਸੀਂ ਆਮ ਮੰਗੂ ਰਹਿ ਕੇ ਦਿਖਾਈਏ ਨਾ ਮੈਨੂੰ ਉਹਦਾ ਕੰਮ ਕੀ ਕਰਦੇ ਹੋ ਤੁਸੀਂ ਉਹਦਾ ਮੇਰੀ ਛੋਟੀ ਸ਼ਾਪ ਹੈ ਜੀ ਆਪਣੇ ਚੁੱਲਿਆਂ ਚੁੱਲਿਆਂ ਦੀ ਭਾਂਡਿਆਂ ਦੀ ਦੁਕਾਨ ਉਹ ਘਰ ਦੇ ਵਿੱਚ ਹੈ ਦੁਕਾਨ ਇਸ ਵੇਲੇ ਉਹਨੂੰ ਮੈਨੇਜ ਕੌਣ ਕਰ ਰਿਹਾ ਹੈ ਕੋਈ ਨਹੀਂ ਕਰ ਰਿਹਾ ਸੈਟਰ ਸੁਟਿਆ ਹੋਇਆ ਬਿਲਕੁਲ ਬੰਦ ਹੈ ਕੰਮ ਮੇਰਾ ਫਿਰ ਕਮਾਈ ਦਾ ਸਾਧਨ ਕੀ ਕਰ ਰਹੇ ਹੋ ਸਾਧਨ ਮੇਰੇ ਦੋ ਬੱਚੇ ਦੋਨੇ ਸੈਟ ਹੈ ਇੱਕ ਤਾਂ ਸ਼ੋਰੂਮ ਹੈ ਕੱਪੜੇ ਦਾ ਦਿੱਲੀ ਜੇ ਇੱਕ ਇੱਥੇ ਜੌਬ ਕਰਦਾ ਮੈਨੂੰ ਰੋਟੀ ਦਾ ਕੀ ਉਹ ਤਾਂ ਆਪ ਹੀ ਕਹਿੰਦੇ ਪਾਪਾ ਤੁਸੀਂ ਇਹ ਕੰਮ ਨਾ ਕਰੋ ਫਿਰ ਵੀ ਮੈਂ ਪਾਰਟੀ ਦੇ ਜੋਸ਼ ਜਨੂਨ ਦੇ ਵਿੱਚ ਮੈਂ ਕੰਮ ਕਰਦਾ ਮੈਨੂੰ ਅੱਧੀ ਧੀਰਾ ਕਹਿੰਦੀ ਹੈ ਕਿ ਜਿਹੜੇ ਦਾਵੇ ਵਾਦੇ ਇੱਥੇ ਕੀਤੇ ਜਾ ਰਹੇ ਨੇ ਦਿਲ ਦੇ ਵਿੱਚ ਪੂਰੇ ਨਹੀਂ ਕੀਤੇ ਗਏ ਜਿੱਦਾਂ ਮਹਿਲਾਵਾਂ ਨੂੰ 1000 ਰੁਪਏ ਦੀ ਗੱਲ ਕਹੀ ਗਈ ਹੈ ਉਹ ਇੱਥੇ ਤਾਂ ਪੂਰੀ ਨਹੀਂ ਕੀਤੀ ਉੱਥੇ ਜਿਹੜੇ ਉਹ ਇੱਥੇ ਵਾਦੇ ਕਰਦੇ ਨੇ ਉਹ ਪੂਰੇ ਕੀਤੇ ਕੋਈ ਵੀ ਕੰਮ ਕਰਨ ਨੂੰ ਟਾਈਮ ਲੱਗਦਾ ਆਟਾ ਗੁੰਨੋਗੇ ਗੁੰਨ ਕੇ ਫਿਰ ਪੇੜੇ ਕੱਟੋਗੇ ਫਿਰ ਰੋਟੀ ਬਣਾਓਗੇ ਇੱਕਦਮ ਤੁਹਾਡੀ ਰੋਟੀ ਨਹੀਂ ਬਣ ਜਾਣੀ ਪੇੜੇ ਕੱਟੇ ਵਗੈਰਦ ਨਹੀਂ ਕਰਨਾ ਪੇੜਾ ਕੱਟ ਬਣਾਉਗੇ ਤਾਂ ਹੀ ਰੋਟੀ ਬਣੇਗੀ ਫਿਰ ਚੱਕਲੇ 'ਚ ਰੱਖੋਗੇ ਟਾਈਮ ਲੱਗਦਾ ਹੁਣ ਇੱਕ ਸਰਕਾਰ ਨੂੰ ਇੰਨਾ ਕੰਮ ਕਰਦੀ ਜਿਹੜੇ 70 ਸਾਲਾਂ 'ਚੋ ਕੁਝ ਨਹੀਂ ਕੀਤਾ ਉਹਨੂੰ ਸਵਾਲ ਕੋਈ ਨਹੀਂ ਪੁੱਛਦਾ ਕਿ ਵੀ ਤੁਸੀਂ ਕੀ ਕੀਤਾ ਇੰਨੇ ਦਿਨਾਂ 'ਚ ਕੁਝ ਕੀਤਾ ਲੇਡੀਜ਼ ਫ੍ਰੀ ਕਰਤੇ ਬਸ ਬੌਂਸਰ ਲਾਤਾ ਕੈਮਰੇ ਲਾਤੇ ਪਾਣੀ ਦੇਤਾ ਮੱਲਾ ਕਲੀਨਿਕ ਦੇਤਾ ਸਕੂਲ ਵਧੀਆ ਕਰਤਾ ਅੱਜ ਤੱਕ ਤੁਸੀਂ ਸਰਕਾਰੀ ਇੰਨੀ ਉਮਰ ਤੁਹਾਡੀ ਵੀ 25 26 ਸਾਲ ਦੀ ਹੋ ਗਈ ਹੋਈ ਲੇਕਿਨ ਤੁਸੀਂ ਇਹ ਦੱਸਦੇ ਹੋ ਕਿਸੇ ਸਕੂਲ ਸਰਕਾਰੀ ਸਕੂਲ ਦੇ ਵਿੱਚ ਕੋਈ ਵੀ ਲਿਫਟ ਲੱਗਿਆ ਦੇਖਿਆ ਦਿੱਲੀ ਜਾ ਜੋ ਪੰਜ ਲਿਫਟਾਂ ਲੱਗੀਆਂ ਸਕੂਲਾਂ ਸਰਕਾਰੀ ਸਕੂਲ ਤੇ ਸਿਮਿੰਗ ਬੋਲ ਕਿਸੇ ਸਰਕਾਰੀ ਸਕੂਲ ਤੇ ਦੇਖਿਆ ਨਹੀਂ ਦੇਖਿਆ ਉਹਨਾ ਉੱਥੇ ਜਾ ਕੇ ਦੇਖੋ ਅਖੀਰ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਮੈਂ ਲੋਕਾਂ ਨੂੰ ਇਹ ਕਹਿੰਦਾ ਜੇ ਤੁਸੀਂ ਭੁੱਲ ਕੇ ਕਿਸੇ ਹੋਰ ਪਾਰਟੀ ਜੇ ਹੈਗੇ ਗਲਤੀ ਨਾ ਤੇ ਤੁਸੀਂ ਆਮ ਆਦਮੀ ਪਾਰਟੀ ਨੂੰ ਅਪਣਾਓ ਆਉਣ ਵਾਲੇ ਟਾਈਮ ਤੇ ਸਰਕਾਰ ਜਿਹੜੀ ਪੰਜਾਬ ਦੀ ਬਹੁਤ ਵਧੀਆ ਚਲਾਏਗੀ ਇੱਕ ਵਾਰੀ ਮੌਕਾ ਦਿਓ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ 70 ਸਾਲ ਗਲਤੀ ਕੀਤੀ ਇੱਕ ਵਾਰੀ ਮੌਕਾ ਇਸ ਪਾਰਟੀ ਨੂੰ ਦਿਓ ਸਾਫ਼ ਸੁਥਰੀ ਪਾਰਟੀ ਆ ਕਿ ਤੁਹਾਡਾ ਸੇਵਾ ਕਰੇਗੀ ਇਹ ਸੇਵਾ ਕਰਨ ਵਾਲੀ ਪਾਰਟੀ ਬਹੁਤ ਬਹੁਤ ਸ਼ੁਕਰੀਆ ਤੇ ਇਸ ਆੜੇ ਨਾਲ ਸਿਗੇ ਜੋ ਕਿ ਦਿਲ ਤੇ ਸਾਡੇ ਨਾਲ ਸੀ ਜਾਵედ ਜੋ ਕਿ ਦਿੱਲੀ ਦੇ ਰਹਿਣ ਵਾਲੇ ਨੇ ਦਿੱਲੀ ਤੋਂ ਜਿਹੜਾ ਉਹ ਕਹਿੰਦੇ ਨੇ ਕਿ ਆਮ ਆਦਮੀ ਇੱਕ ਦੇ ਆਮ ਆਦਮੀ ਪਾਰਟੀ ਦੇ ਕਮਾਤੋਂ ਪ੍ਰਭਾਵਿਤ ਹੋ ਕੇ ਉਹ ਜਿਹੜਾ ਪੰਜਾਬ ਦੇ ਵਿੱਚ ਇਲੈਕਸ਼ਨ ਨੇ ਉੱਥੇ ਆ ਕੇ ਜਿਹੜਾ ਆਮ ਆਦਮੀ ਪਾਰਟੀ ਦੇ ਲਈ ਪ੍ਰਚਾਰ ਕਰ ਰਹੇ ਨੇ ਇਹਨਾਂ ਦਾ ਕਹਿੰਦੇ ਕਿ ਉਹ ਜਲੰਧਰ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਜਿਹੜਾ ਆਮ ਆਦਮੀ ਪਾਰਟੀ ਦੇ ਜਿਹੜੇ ਹਾਈ ਕਮਾਂਡ ਆਂਦੇ ਨੇ ਜਾਂ ਫਿਰ ਉਹਨਾਂ ਦੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਦੇ ਲਈ ਪ੍ਰਚਾਰ ਕਰਦੇ ਨੇ ਕੈਮਰਾ ਪਰਸਨ ਵਿੱਚ ਦੇ ਨਾਲ ਅੰਜਲ ਚੱਡਾ ਪੰਜਾਬੀ ਬੁਲੇਟਿਨ